ਮੇਰੀ ਜੀ ਪਹਿਲਾਂ ਹੀ ਜ਼ਿਲ੍ਹਾ ਪ੍ਰਧਾਨ ਵਜੋਂ ਮੈਂ ਕੰਮ ਕਰ ਰਿਹਾ ਅਤੇ ਪਹਿਲਾਂ ਹੀ ਜਿਹੜੀ ਤਿਆਰੀਆਂ ਚੱਲ ਰਹੀਆਂ ਸੀਗੀਆਂ ਪੂਰੀਆਂ ਅਤੇ ਅਸੀਂ ਸਾਡੀ ਸਾਰੀ ਟੀਮ ਸਾਰੇ ਸਾਡੇ ਆਪਣੇ ਸਾਥੀ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਵਧੀਆ ਤਰੀਕੇ ਨਾਲ ਇਲੈਕਸ਼ਨ ਲੜੀ ਜਾਊਗੀ ਜੀ। ਪਹਿਲਾਂ ਤੁਹਾਨੂੰ ਜਾਣਕਾਰੀ ਜਿਹੜੀ ਉਹ ਪਾਰਟੀ ਵੱਲੋਂ ਦੇ ਦਿੱਤੀ ਗਈ ਸੀ ਜਾਂ ਫਿਰ ਹੁਣ ਲਿਸਟ ਜਦੋਂ ਤਿਆਰ ਹੋ ਗਈ ਹੈ ਤਾਂ ਉਦੋਂ ਬਾਅਦ ਹੀ ਪਤਾ ਤੁਹਾਨੂੰ ਲੱਗਿਆ? ਥੋੜ੍ਹਾ ਬਹੁਤ ਤਾਂ ਪਹਿਲਾਂ ਪਤਾ ਹੁੰਦਾ, ਤਿਆਰੀ ਤਾਂ ਚਲੋ ਜੇ ਕਿਸੇ ਨੂੰ ਟਿਕਟ ਹੋਰ ਮਿਲਦੀ ਫਿਰ ਵੀ ਮੈਨੂੰ ਐਜ ਏ ਜ਼ਿਲ੍ਹਾ ਪ੍ਰਧਾਨ ਮੇਰੀ ਜ਼ਿੰਮੇਵਾਰੀ ਬਣਦੀ ਸੀ ਵੀ ਮੈਂ ਪਤਾ ਹੀ ਸੀ ਜਦੋਂ ਸੀਟ ਵਿਹਲੀ ਹੋ ਗਈ ਆ ਵੀ ਇਲੈਕਸ਼ਨ ਹੋਏਗੀ ਉਸ ਤੋਂ ਉਸ ਦਿਨ ਤੋਂ ਹੀ ਸਾਡੀਆਂ ਤਿਆਰੀਆਂ ਬੀੜੀਆਂ ਹੋਈਆਂ ਸੀਗੀਆਂ ਜੀ। ਪਰ ਜਿੰਨਾ ਤੱਕ ਅਫੀਸ਼ੀਅਲੀ ਕੋਈ ਐਲਾਨ ਨਹੀਂ ਸੀ ਹੁੰਦਾ ਉਹਨਾਂ ਤੱਕ ਅਸੀਂ ਮੈਂ ਆਪਣੇ ਆਪ ਨੂੰ ਕੈਂਡੀਡੇਟ ਡੇਟ ਦੇ ਰੂਪ ਦੇ ਵਿੱਚ ਨਹੀਂ ਸੀ ਮੈਂ ਕਹਿ ਸਕਦਾ, ਔਰ ਐਜ ਏ ਜ਼ਿਲ੍ਹਾ ਪ੍ਰਧਾਨ ਹੀ ਮੇਰੀ ਤਿਆਰੀ ਚੱਲ ਰਹੀ ਸੀ। ਲੇਕਿਨ ਅੱਜ ਮੈਂ ਪਾਰਟੀ ਦਾ ਸਾਡੀ ਲੀਡਰਸ਼ਿਪ ਦਾ ਜਿੱਥੇ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ 'ਤੇ ਭਰੋਸਾ ਪ੍ਰਗਟਾਇਆ, ਉੱਥੇ ਮੈਂ ਇੱਥੋਂ ਦੇ ਜਿਹੜੇ ਸਾਡੇ ਲੋਕ ਨੇ ਜਿਨ੍ਹਾਂ ਦੇ ਪਿਆਰ ਸਦਕਾ ਜਿਨ੍ਹਾਂ ਦੇ ਸਹਿਯੋਗ ਸਦਕਾ ਮੈਨੂੰ ਇਹ ਮਾਣ ਮਿਲਿਆ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੁਹਾਡੇ ਦਾ। ਅੱਛਾ, ਮੁਕਾਬਲਾ ਕਿਹਦੇ ਨਾਲ ਜਿਹੜਾ ਉਹ ਤੁਸੀਂ ਮੰਨਦੇ ਹੋ? ਕਿਉਂਕਿ ਇੱਕ ਪਾਸੇ ਸੱਤਾ 'ਤੇ ਰਹਿ ਔਰ ਦੂਸਰੇ ਪਾਸੇ ਕੇਵਲ ਸਿੰਘ ਢਿੱਲੋਂ ਭਾਜਪਾ ਦੇ ਵੱਲੋਂ ਉਮੀਦਵਾਰ ਐਲਾਨ ਦਿੱਤੇ ਗਏ ਆ, ਉਹ ਵੀ ਇੱਕ ਵੱਡਾ ਨਾਂ ਨੇ ਔਰ ਇਸ ਇਲਾਕੇ ਦੇ ਵਿੱਚ ਵਿਚਰਦੇ ਵੀ ਰਹੇ ਆ, ਅਤੇ ਹਾਲੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਚਲੋ ਹਾਲੇ ਐਲਾਨ ਕਰਨਾ ਬਾਕੀ ਹੈ, ਪਰ ਜੇ ਇਹਨਾਂ ਦੋਵਾਂ ਨੂੰ ਦੇਖੋ ਤਾਂ ਕਿਹਦੇ ਨਾਲ ਮੁਕਾਬਲਾ ਤੁਹਾਡਾ? ਦੇਖੋ ਜੋ ਤੁਸੀਂ ਕੇਵਲ ਢਿੱਲੋਂ ਦੀ ਕਰਦੇ ਹੋ ਚਿਹਰਾ ਜਿਹੜਾ ਤੁਸੀਂ ਕੋਈ ਬੰਦਾ ਇੱਕ ਵੱਡਾ ਬਿਜ਼ਨਸਮੈਨ ਹੋਵੇ ਜਾਂ ਇੱਕ ਵੱਡਾ ਪੈਸੇ ਵਾਲਾ ਹੋਵੇ ਉਹਦਾ ਚਿਹਰਾ ਵੱਡਾ ਨਹੀਂ ਬਣਦਾ, ਜਿਹੜਾ ਜਿਹੜਾ ਰਾਜਨੀਤੀ ਦੇ ਵਿੱਚ ਜਿਹੜਾ ਚਿਹਰਾ ਉਹ ਲੋਕ ਵੱਡਾ ਬਣਾਉਂਦੇ ਨੇ। ਜੇਕਰ ਉਹ ਇੱਥੇ ਲੋਕਾਂ 'ਚ ਵਿਚਰੇ ਹੁੰਦੇ ਜਾਂ ਲੋਕਾਂ ਦੀ ਉਹਨਾਂ ਨੇ ਨਬਜ਼ ਪਛਾਣੀ ਦੀ ਲੋਕਾਂ ਦੀਆਂ ਦੁੱਖ ਤਕਲੀਫਾਂ ਸਮਝੀਆਂ ਹੁੰਦੀਆਂ ਤਾਂ ਉਹਨਾਂ ਨੂੰ ਅੱਜ ਕਾਂਗਰਸ ਦੀ ਨਾ ਉਹਨੇ ਟਿਕਟ ਕੱਟਣੀ ਜਾਣੀ ਨਾ ਉਹਨਾਂ ਨੇ ਕਾਂਗਰਸ ਛੱਡਣੀ ਸੀਗੀ, ਠੀਕ ਹੈ। ਉਹ ਇੱਕ ਐਕਸਪੋਰਟ ਫੇਸ ਹੈ, ਲੋਕ ਉਹਨਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਆ ਵੀ ਉਹ ਜਦੋਂ ਆਫਟਰ ਇਲੈਕਸ਼ਨ ਉਹ ਕਿਸੇ ਨੂੰ ਮਿਲਦੇ ਨਹੀਂ, ਕਿਸੇ ਦਾ ਫੋਨ ਨਹੀਂ ਚੁੱਕਦੇ, ਠੀਕ ਹੈ। ਜਿਹੜਾ ਸਾਡਾ ਮੇਨ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੀ ਹੈ ਜੀ। ਠੀਕ ਹੈ ਢਿੱਲੋਂ ਸਾਹਿਬ, ਤੁਸੀਂ ਜੁੜੇ ਸਾਡੇ ਨਾਲ, ਧੰਨਵਾਦ ਜੁੜਨ ਦੇ ਲਈ। ਤਾਂ ਕਾਂਗਰਸ ਦੇ ਵੱਲੋਂ ਟਿਕਟ ਜਿਹੜੀ ਆ ਉਹ ਇਹਨਾਂ ਨੂੰ ਦਿੱਤੀ ਗਈ ਹੈ ਔਰ ਭਰੋਸਾ ਜਿਹੜਾ ਉਹ ਪਾਰਟੀ ਦੇ ਵੱਲੋਂ ਜਿਤਾਇਆ ਗਿਆ, ਤਾਂ ਉਹ ਆਖਦੇ ਆ ਕਿ ਮੈਨੂੰ ਜਾਣਕਾਰੀ ਇਸ ਦੀ ਤਾਂ ਪਹਿਲਾਂ ਸੀਗੀ, ਇਸ ਕਰਕੇ ਵਿਚਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀਗਾ ਇਲਾਕੇ ਦੇ ਵਿੱਚ, ਅਤੇ ਲੋਕਾਂ ਦੇ ਨਾਲ ਜਿਹੜਾ ਉਹ ਮੈਂ ਜੁੜਿਆ ਰਿਹਾ। ਬਾਕੀ ਆਪਣੇ ਜੇ ਵਿਰੋਧੀਆਂ ਦਾ ਉਹ ਜ਼ਿਕਰ ਕਰਨ ਤਾਂ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਆਪਣਾ ਮੁਕਾਬਲਾ ਜਿਹੜਾ ਉਹ ਦੱਸ ਰਹੇ ਹੈ। ਤਾਂ ਨਿਤਿਕਾ ਜੀ, ਜਿਸ ਹਿਸਾਬ ਦੇ ਨਾਲ ਆਪਾਂ ਗੱਲ ਕੀਤੀ ਹੈ ਇਹਨਾਂ ਦੇ ਨਾਲ, ਔਰ ਕੇਵਲ ਸਿੰਘ ਢਿੱਲੋਂ ਕਹਿੰਦੇ ਆ ਕਿ ਦੌੜ ਦੇ ਵਿੱਚ ਹੈ ਨਹੀਂ ਗੇ, ਅਤੇ ਆਮ ਆਦਮੀ ਪਾਰਟੀ ਦੇ ਨਾਲ ਹੀ ਮੁਕਾਬਲਾ, ਹਾਲਾਂਕਿ ਚਲੋ ਸ਼੍ਰੋਮਣੀ ਅਕਾਲੀ ਦਲ ਦੇ ਜਦੋਂ ਉਮੀਦਵਾਰ ਐਲਾਨੇ ਜਾਣਗੇ ਤਾਂ ਉਸ ਤੋਂ ਬਾਅਦ ਉਹ ਦੇਖਿਆ ਜਾਏਗੀ। ਤੁਹਾਨੂੰ ਵੀ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਨਾਲ ਹੀ ਸਾਰੀਆਂ ਸੀਟਾਂ ਦੇ ਉੱਤੇ ਮੁਕਾਬਲਾ ਜਿਹੜਾ ਹੋਏਗਾ? ਗਿੱਦੜਬਾਹਾ ਨੂੰ ਜੇਕਰ ਆਪਾਂ ਛੱਡ ਦਈਏ, ਕਾਂਗਰਸ ਅਤੇ ਆਮ ਆਦਮੀ ਪਾਰਟੀ ਇਹ ਦੋ ਹੋਣਗੇ ਮੋਹਰੀ ਜਿਹੜੇ ਰੋਲ ਅਦਾ ਕਰਨਗੇ? ਦੇਖੋ ਜੀ, ਆ ਬਿਲਕੁਲ ਨਹੀਂ ਕਹਿ ਸਕਦੇ ਜਤਿੰਦਰ, ਕਿਉਂਕਿ ਜਿਸ ਤਰ੍ਹਾਂ ਬੀਜੇਪੀ ਨੇ ਤਿੰਨ ਨਾਵਾਂ ਦਾ ਐਲਾਨ ਕੀਤਾ, ਹਾਲਾਂਕਿ ਚੱਬੇਵਾਲ ਸੀਟ ਤੋਂ ਉਹਨਾਂ ਨੇ ਆਪਣੇ ਕੈਂਡੀਡੇਟ ਦਾ ਐਲਾਨ ਨਹੀਂ ਕੀਤਾ, ਪਰ ਤਿੰਨ ਤੁਸੀਂ ਦੇਖੋ ਕਿ ਬੜੇ ਸਟਰੋਂਗ ਕੈਂਡੀਡੇਟ ਉਹਨਾਂ ਨੇ ਉਤਾਰੇ ਨੇ। ਮਨਪ੍ਰੀਤ ਬਾਦਲ ਜੋ ਕਈ ਵਾਰ ਫਾਈਨਾਂਸ ਮਿਨਿਸਟਰ ਪੰਜਾਬ ਦੇ ਰਹਿ ਚੁੱਕੇ ਨੇ, ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਚੁੱਕੇ ਹਨ ਬਲਕਿ ਕਾਂਗਰਸ ਦੇ ਵਿੱਚ ਰਹਿ ਚੁੱਕੇ ਨੇ, ਤੇ ਸੋਚੋ ਕਿ ਬੜੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਗਿੱਦੜਬਾਹਾ ਸੀਟ ਤੋਂ ਜਿਹੜਾ ਉਤਾਰਿਆ ਗਿਆ ਹੈ। ਸੋ ਬੜੀ ਟਫ ਫਾਈਟ ਜਿਹੜੀ ਆ ਉਹ ਦੇਖਣ ਨੂੰ ਮਿਲੇਗੀ। ਇਸਦੇ ਨਾਲ ਹੀ ਬੀਜੇਪੀ ਵੱਲੋਂ ਜੇ ਬਰਨਾਲਾ ਸੀਟ ਦੀ ਵੀ ਗੱਲ ਕੀਤੀ ਜਾਵੇ ਤਾਂ ਕੇਵਲ ਢਿੱਲੋਂ ਜਿਹੜੇ ਨੇ ਉਹਨਾਂ ਨੂੰ ਉਤਾਰਿਆ ਗਿਆ, ਕੇਵਲ ਢਿੱਲੋਂ ਜਿਹਨਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਵੀ ਉਤਾਰਿਆ ਗਿਆ, ਤੇ ਕਹਿ ਸਕਦੇ ਹੋ ਵੀ ਬੜੇ ਸੀਨੀਅਰ ਲੀਡਰ ਨੇ, ਉਹਨਾਂ ਨੂੰ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ, ਕਾਂਗਰਸ ਤੋਂ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਸੀਗੇ। ਤਾਂ ਇਸਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਡੇਰਾ ਬਾਬਾ ਨਾਨਕ, ਤਾਂ ਬਿਲਕੁਲ ਨਹੀਂ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਦੀ ਕਾਂਗਰਸ ਦੀ ਫਾਈਟ ਹੈ। ਪਹਿਲਾਂ ਅਜਿਹਾ ਜ਼ਰੂਰ ਕਿਹਾ ਜਾ ਰਿਹਾ ਸੀ ਕਿਉਂਕਿ 2022 ਦੇ ਵਿੱਚ ਤਿੰਨ ਸੀਟਾਂ ਤੇ ਇਹਨਾਂ ਤਿੰਨ ਸੀਟਾਂ ਤੇ ਕਾਂਗਰਸ ਵੱਲੋਂ ਜਿੱਤ ਜਿਹੜੀ ਹਾਸਲ ਕੀਤੀ ਗਈ ਸੀ, ਬਰਨਾਲਾ ਸੀਟ ਸੀਗੀ ਜਿੱਥੇ ਮੀਡੀਆ ਜਿੱਤੇ ਸੀ, ਪਰ ਰਾਜ ਕੁਮਾਰ ਚੱਬੇਵਾਲ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸੀ। ਤਾਂ ਜੇ ਅਸੀਂ ਇਹ ਗੁਣਾ ਘਟਾ ਦੇਖੀਏ ਤਾਂ ਦੋ ਸੀਟਾਂ ਆਮ ਆਦਮੀ ਪਾਰਟੀ ਦੇ ਪਾਲੇ ਦੇ ਵਿੱਚ ਸੀਗੀਆਂ, ਦੋ ਕਾਂਗਰਸ ਦੇ ਪਾਲੇ ਦੇ ਵਿੱਚ। ਮੈਂ ਇੱਕ ਵਾਰ ਫਿਰ ਤੋਂ ਰੋਕਾਂਗਾ ਤੁਹਾਨੂੰ, ਸੁਖਜਿੰਦਰ ਸਿੰਘ ਰੰਧਾਵਾ ਵੀ ਆਪਣੇ ਨਾਲ ਜੁੜ ਗਏ, ਆਪਾਂ ਉਹਨਾਂ ਨੂੰ ਵੀ ਜਿਹੜਾ ਉਹ ਸ਼ਾਮਿਲ ਕਰਦੇ ਹਾਂ। ਰੰਧਾਵਾ ਸਾਹਿਬ, ਸਭ ਤੋਂ ਪਹਿਲਾਂ ਵਧਾਈਆਂ ਕਿ ਪਰਿਵਾਰ ਦੇ ਵਿੱਚ ਹੀ ਟਿਕਟ ਜਿਹੜੀ ਆ ਉਹ ਦਿੱਤੀ ਗਈ ਹੈ, ਔਰ ਜਿਸ ਥਾਂ ਤੋਂ ਤੁਸੀਂ ਜਿੱਤੇ ਲੋਕਾਂ ਨੇ ਤੁਹਾਡੇ ਉੱਤੇ ਭਰੋਸਾ ਜਿਤਾਇਆ, ਉਸ ਤੋਂ ਬਾਅਦ ਲੋਕ ਸਭਾ ਦੇ ਵਿੱਚ ਵੀ ਭੇਜ ਦਿੱਤਾ ਗਿਆ, ਤਾਂ ਹੁਣ ਤੁਹਾਡੇ ਪਰਿਵਾਰ ਦੇ ਉੱਤੇ ਕੀ ਦੁਬਾਰਾ ਇੱਕ ਵਾਰ ਫਿਰ ਤੋਂ ਲੋਕ ਭਰੋਸਾ ਕਰਨਗੇ ਔਰ ਜਤਿੰਦਰ ਕੌਰ ਰੰਧਾਵਾ ਦੀ ਜਿੱਤ ਜਿਹੜੀ ਉਹ ਹੋਏਗੀ? ਬਿਲਕੁਲ ਜੀ, ਪਹਿਲੀ ਗੱਲ ਤਾਂ ਮੈਂ ਆਪਣੀ ਹਾਈਕਮਾਂਡ ਦਾ ਕਿ ਖੜਗੇ ਜੀ ਦਾ ਔਰ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਫੇਥ ਕੀਤਾ। ਪਹਿਲੇ ਪਾਰਲੀਮੈਂਟ ਦੇ ਵਿੱਚ ਪਹਿਲਾਂ ਜਿਹੜੀ ਮੇਰੀ ਕੰਟੀਨਿਊਸਲੀ ਚਾਰ ਇਲੈਕਸ਼ਨਸ ਇਸ ਹਲਕੇ 'ਚ ਆਪਾਂ ਜਿੱਤੇ ਹਾਂ ਔਰ ਹੁਣ ਪੰਜਵੀਂ ਜਿਹੜੀ ਫੇਰ ਸਟਾਰਟ ਹੋਈ ਹੈ,
आज पंजाब दे विच पंजाब दे विच जो आम आदमी पार्टी दियां गल्लां ने जां उहनां दे लोकां दे विच जिस तरह झोना नहीं चुकना गैंगस्टरिज्म आ गया एक्सटॉर्शन चल रही ने लॉलेसनैस आ तो असीं रहण वाले भी बॉर्डर से हाँ तो वह तो लोगों के क्या गल करांगे और उन्होंने दसांगे कि पंजाब जिहड़ी सरकार है ये टोटली फेल आ परचेज दे विच बिल्कुल तो जो लोगों का काम चल रहा जो झोने दे विच बेकदरी हुई आ ਉਹਦੇ ਲਈ ਲੋਕਾਂ ਦੇ ਵਿੱਚ ਜਾ ਕੇ ਗੱਲ ਕਰਨੀ ਹੈ ਜਿਵੇਂ ਡੀਏਪੀ ਦੇ ਵਿੱਚ ਸਾਰੀਆਂ ਚੀਜ਼ਾਂ ਦੱਸੀਆਂ ਜਾਣਗੀਆਂ ਜੀ ਰੰਧਾਵਾ ਸਾਹਿਬ ਐਸੋਸੀਏਟ ਐਡੀਟਰ ਨਿਤਿਕਾ ਮਹੇਸ਼ਰ ਵੀ ਜੁੜੇ ਹੋਏ ਆ ਉਹ ਵੀ ਸਵਾਲ ਲੈਣਗੇ ਨਿਤਿਕਾ ਓਵਰ ਟੂ ਯੂ ਨਿਤਿਕਾ ਜੀ ਮੇਰੀ ਆਵਾਜ਼ ਸੁਣ ਪਾ ਰਹੇ ਤੁਸੀਂ ਹਾਂਜੀ ਰੰਧਾਵਾ ਜੀ ਲਗਾਤਾਰ ਪਰਿਵਾਰਵਾਦ ਦੀ ਗੱਲ ਹੋ ਰਹੀ ਸੀਗੀ ਪਰ ਇੱਥੇ ਅਸੀਂ ਦੇਖ ਰਹੇ ਹਾਂ ਕਿ ਵੜਿੰਗ ਜੀ ਦੀ ਪਤਨੀ ਤੇ ਤੁਹਾਡੇ ਪਤਨੀ ਨੂੰ ਟਿਕਟ ਜਿਹੜੀ ਹੈ ਉਹ ਦਿੱਤੀ ਗਈ ਹੈ ਕੀ ਹੈ ਇਸ ਲਈ ਕਿਉਂਕਿ ਇਹ ਫਾਈਟ ਜਿਹੜੀ ਹੈ ਉਹ ਟਫ ਮੰਨੀ ਜਾ ਰਹੀ ਹੈ ਤੇ ਇਸ ਨੂੰ ਸੈਮੀ ਫਾਈਨਲ ਦੀ ਤਰ੍ਹਾਂ ਦੇਖਿਆ ਜਾ ਰਿਹਾ 2027 ਦਾ ਦੇਖੋ ਸੈਮੀ ਫਾਈਨਲ ਤੇ ਵਾਕਈ ਲੋਕਾਂ ਦਾ ਜੋ ਰੁਝਾਨ ਆ ਔਰ ਜਿਸ ਤਰੀਕੇ ਦੇ ਨਾਲ ਪਾਰਲੀਮੈਂਟ ਦੇ ਵਿੱਚ ਇੱਥੋਂ ਦੇ ਲੋਕਾਂ ਨੇ ਪੰਜ ਆਮ ਆਦਮੀ ਪਾਰਟੀ ਤੋਂ 5000 ਦੀ ਵੋਟਾਂ ਨਾਲ ਵੱਧ ਜਿੱਤ ਪ੍ਰਾਪਤ ਕਰਵਾਈ ਸੀ ਕਾਂਗਰਸ ਨੂੰ ਤੇ ਇਹਨੂੰ ਹੁਣ ਵੀ ਉਸੇ ਤਰੀਕੇ ਦੇ ਨਾਲ ਕਾਂਗਰਸ ਦੇ ਜਿਹੜੇ ਇੱਥੋਂ ਦੇ ਲੀਡਰ ਨੇ ਸਾਡੇ ਮੇਰੇ ਵਰਕਰ ਸਾਹਿਬਾਨ ਜਿਹੜੇ ਕਈ ਦਹਾਕਿਆਂ ਤੋਂ 69 'ਚ ਮੇਰੇ ਫਾਦਰ MLA ਬਣੇ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਸਾਡੇ ਪਰਿਵਾਰ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਆ ਅਤੇ ਸਾਨੂੰ ਲੋਕਾਂ ਦੇ ਉੱਪਰ ਵਿਸ਼ਵਾਸ ਆ ਅਤੇ ਉਹਦੇ 'ਚ ਪਰਿਵਾਰ ਦੇ ਮੈਂਬਰ ਆਪਾਂ ਪਰਿਵਾਰਵਾਦ ਤਾਂ ਕਹਾਂਗੇ ਕਿ ਬਿਲਕੁਲ ਕੋਈ ਫਰੈਸ਼ ਬੰਦਾ ਹੋਵੇ ਤਾਂ ਉਹਨੂੰ ਤਾਂ ਪਰਿਵਾਰਵਾਦ ਕਿਹਾ ਜਾ ਸਕਦਾ ਮੇਰੇ ਫਾਦਰ ਤੋਂ ਬਾਅਦ ਮੈਂ ਆ ਮੇਰੀ ਗਾਂ ਵਾਈਫ ਸਾਰੇ ਲੋਕਾਂ ਦੇ ਵਿੱਚ ਜਦੋਂ ਨਹੀਂ ਅਸੀਂ ਹੋਈ ਤਾਂ ਮੈਂ ਰਾਜਸਥਾਨ ਚਲਾ ਜਾਂਦਾ ਜੰਮੂ ਕਸ਼ਮੀਰ ਚਲਾ ਜਾਂਦਾ ਦਿੱਲੀ ਚਲਾ ਜਾਂਦਾ ਉਹਦੇ ਬਾਅਦ ਮੇਰੀ ਵਾਈਫ ਹੀ ਲੋਕਾਂ ਨੂੰ ਅਟੈਂਡ ਕਰਕੇ ਲੋਕਾਂ ਦੇ ਕੰਮ ਕਾਰ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਜਾਂਦੇ ਨੇ ਔਰ ਜਿਹੜੀ ਹੈ ਕਿ ਲੋਕ ਵਿਸ਼ਵਾਸ ਕਰਨਗੇ ਔਰ ਕਾਂਗਰਸ ਨੂੰ ਜਿਤਾਉਣਗੇ ਔਰ ਜਿਹੜਾ ਇਹਨਾਂ ਦਾ ਰਾਜ ਹੈ BJP ਇਹਨਾਂ ਦਾ ਆਮ ਆਦਮੀ ਪਾਰਟੀ ਦਾ ਜੋ ਅੱਜ ਕਣਕ ਝੋਨੇ ਦੀ ਜੋ ਬੇਕਦਰੀ ਹੋ ਰਹੀ ਆ ਅੱਜ 22 ਤਰੀਕ ਹੋ ਗਈ ਆ ਔਰ ਲੋਕ ਅੱਜ ਤੱਕ 1 ਤਰੀਕ ਤੋਂ ਲੈ ਕੇ 22 ਤਰੀਕ ਤੱਕ 22 ਦਿਨ ਹੋ ਗਏ ਮੰਡੀਆਂ ਦੇ ਵਿੱਚ ਬੈਠੇ ਨਾ ਲਿਫਟਿੰਗ ਆ ਨਾ ਪਰਚੇਜ਼ ਆ ਨਾ ਕਿਤੇ ਉਹਨਾਂ ਦੇ ਕੋਈ 1900 ਰੁਪਏ ਨੂੰ ਝੋਨਾ ਲੋਕ ਦੇ ਕੇ 2320 ਰੁਪਏ ਨੂੰ ਛੱਡ ਕੇ 1900 ਰੁਪਏ ਦੇ ਕੇ ਆਪਣੀ ਫਸਲ ਨੂੰ ਸੁੱਟ ਕੇ ਆ ਰਹੇ ਨੇ ਤੋ ਇਹਨਾਂ ਦਾ ਸਾਰਿਆਂ ਲੋਕਾਂ ਦੇ ਜਵਾਬ ਦੇਣਗੇ ਔਰ ਬਹੁਤ ਮੂੰਹ ਤੋੜਵਾ ਆਮ ਆਦਮੀ ਪਾਰਟੀ ਨੂੰ ਜਵਾਬ ਮਿਲੇਗਾ ਅੱਛਾ ਦੋ ਖਾਸ ਚਿਹਰੇ ਇਹਦੇ ਵਿੱਚ ਅਸੀਂ ਲਿਸਟ ਵਿੱਚ ਦੇਖ ਪਾ ਰਹੇ ਹਾਂ ਰੰਧਾਵਾ ਜੀ ਇੱਕ ਜਤਿੰਦਰ ਕੌਰ ਜੀ ਤੁਹਾਡੇ ਪਤਨੀ ਅੰਮ੍ਰਿਤਾ ਵੜਿੰਗ ਤੇ ਉਹ ਨੇ ਰਾਜਾ ਵੜਿੰਗ ਦੇ ਪਤਨੀ ਰਣਜੀਤ ਕੁਮਾਰ ਤੇ ਕੁਲਦੀਪ ਸਿੰਘ ਢਿੱਲੋਂ ਇਹਨਾਂ ਦੋਵਾਂ ਦੇ ਨਾਵਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਰਾਜਕੁਮਾਰ ਚੱਬੇਵਾਲ ਜਿਹੜੇ ਨੇ ਉਹ ਤੁਹਾਡੀ ਪਾਰਟੀ ਦੇ ਵਿੱਚ ਹੀ ਲਗਾਤਾਰ ਜਿੱਤ ਜਿਹੜੀ ਉਹ ਹਾਸਲ ਵੀ ਕਰਵਾਈ ਤੁਹਾਨੂੰ ਚੱਬੇਵਾਲ ਸੀਟ ਤੋਂ ਪਰ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਤਾਂ ਤੁਹਾਨੂੰ ਲੱਗਦਾ ਕਿ ਇੱਕ ਵੱਡੀ ਚੁਣੌਤੀ ਜਿਹੜੀ ਉਹ ਚੱਬੇਵਾਲ ਸੀਟ ਜਿੱਤਣੀ ਰਹੇਗੀ ਮੈਂ ਕੱਲ ਹੀ ਅੱਜ ਹੀ ਦਿੱਲੀ ਤੋਂ ਆਇਆ ਸੀ ਇਹ ਕੌਣ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਏ ਰਾਜਕੁਮਾਰ ਚੱਬੇਵਾਲ ਜਿਹੜੇ ਨੇ ਉਹ ਮੈਂ ਕਹਿ ਰਹੀ ਹਾਂ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸੀਗੇ ਜਦਕਿ ਕਾਂਗਰਸ ਦੀ ਕਾਂਗਰਸ ਨੂੰ ਜੇ ਜਿੱਤ ਚੱਬੇਵਾਲ ਸੀਟ ਤੋਂ ਜਿੱਤ ਹਾਸਿਲ ਕਰਵਾਈ ਤਾਂ ਉਹ ਰਾਜਕੁਮਾਰ ਚੱਬੇਵਾਲ ਸਾਹਿਬ ਨੇ ਤਾਂ ਤੁਹਾਨੂੰ ਲੱਗਦਾ ਕਿ ਉੱਥੇ ਇੱਕ ਵੱਡੀ ਚੁਣੌਤੀ ਰਹੇਗੀ ਤੇ ਰਣਜੀਤ ਕੁਮਾਰ ਜਿਹੜੇ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਨਹੀਂ ਚੁਣੌਤੀ ਨਹੀਂ ਰਹੇਗੀ ਪਹਿਲੀ ਗੱਲ ਤੇ ਮੇਰਾ ਖਿਆਲ ਹੈ ਕਿ ਜਿਹੜੇ ਧੋਖਾ ਦਿੰਦੇ ਨੇ ਸਵੇਰ ਵੇਲੇ ਆਦਮੀ ਤੁਸੀਂ ਸਾਰਿਆਂ ਦੇਖਿਆ ਕਿ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਕਰਜ਼ੇ ਦੀ ਪੰਡ ਚੱਕ ਕੇ ਜਿਹੜਾ MLA ਆ ਰਿਹਾ ਔਰ ਸ਼ਾਮ ਨੂੰ ਡਰ ਕਰਕੇ ਭੱਜ ਰਿਹਾ ਇਹਦਾ ਲੋਕ ਜਵਾਬ ਤੇ ਜ਼ਰੂਰ ਦੇਣਗੇ ਇਹ ਵਿਸ਼ਵਾਸਘਾਤ ਕਰਨਾ ਇਹ ਲੋਕ ਪਸੰਦ ਨਹੀਂ ਕਰਦੇ ਪੰਜਾਬ ਵਾਲੇ ਤੇ ਇਹਦਾ ਲੋਕ ਜ਼ਰੂਰ ਚੱਬੇਵਾਲ ਸਾਹਿਬ ਨੂੰ ਵੀ ਜਵਾਬ ਦੇਣਗੇ ਵਿਜੇਇੰਦਰ ਸਿੰਗਲਾ ਜਿਹੜੇ ਨੇ ਉਹਨਾਂ ਨੂੰ ਕਿਉਂ ਨਹੀਂ ਲੜਾਇਆ ਬਰਨਾਲਾ ਸੀਟ ਤੋਂ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਵੱਡੇ ਚਿਹਰੇ ਜਿਹੜੇ ਨੇ ਉਹ ਬਰਨਾਲਾ ਸੀਟ ਤੋਂ ਸਾਰਿਆਂ ਨੇ ਉਤਾਰੇ ਨੇ ਹਾਲਾਂਕਿ ਜੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਬੜੀ ਸਟਰੋਂਗ ਜਿਹੜੀ ਉੱਥੇ ਮੰਨੀ ਜਾਂਦੀ ਹੈ ਕਿਉਂਕਿ ਮੀਤੇਰ ਜਿਹੜੇ ਦੋ ਵਾਰ ਉੱਥੋਂ MLA ਬਣੇ ਨੇ ਆਪਣੇ ਦੋਸਤ ਨੂੰ ਉਹਨਾਂ ਨੇ ਉੱਥੋਂ ਟਿਕਟ ਦਵਾਈ ਹੈ ਇਸਦੇ ਨਾਲ ਹੀ ਕੇਵਲ ਸਿੰਘ ਢਿੱਲੋਂ ਹਾਲਾਂਕਿ ਪਹਿਲਾਂ ਕਾਂਗਰਸ ਨਾਲ ਜੁੜੇ ਹੋਏ ਸੀ ਤੇ ਕਹਿ ਸਕਦੇ ਹਾਂ ਕਿ ਉਹ ਵੀ ਇੱਕ ਵੱਡਾ ਚਿਹਰਾ ਨੇ ਤੇ ਫਿਰ ਕੀ ਕਾਰਨ ਹੈ ਕਿ ਕੁਲਦੀਪ ਸਿੰਘ ਢਿੱਲੋਂ ਜਿਹੜੇ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਰੰਧਾਵਾ ਜੀ
जो प्रेजिडेंट है कोई छोटा चेहरा नहीं, पूरा वड्डा चेहरा, और जो डिस्ट्रिक्ट का प्रेजिडेंट हो छोटा चेहरा नहीं किया जा सकता, वो साड़ी कांग्रेस का हेड है उस डिस्ट्रिक्ट का। जी, इस सेमीफाइनल की तरह देख रहे हो इस फाइट नू, क्योंकि 2027 दे विच मतलब लगातार कांग्रेस जी दावा कर रही है कि असं पूरी तैयारी नाल जावांगे, क्योंकि 2022 तक कदे भी आम आदमी पार्टी की जी कारगुजारी है वो पंजाब के लोगों ने देखी नहीं सी, हुण देख ली। देखो 27 महीनों के 28 महीनों के लोगों ने इन्हों के जो काम ने वो देखने, तो जे साढ़े पांच साल के काम से उन्होंने लोग कंपेरिजन जरूर करेंगे। जी सरकार झोने के इन्नी बेकदरी की वह सैमीफाइनल की वेखना किसी ने, जी अज तक उन्होंने को अज DAP की जी गल कर लीए तो जोड़ा DAP परचेज नहीं कर सकी, जी स्टोरेज नहीं कर सके, वो गवर्नमेंट का फेलियर होर की हो सकता, जी साब की किसानी ये झोने और कणक और इन्हों खादा के उत्ते आ, तो इनू आप करके पहला सारी प्रेस कहती जी कि जी पार्लीमेंट आ ये सैमीफाइनल होएगा, पार्लीमेंट सैमीफाइनल वह भी किया जितिया, तो यह भी सैमीफाइनल जरा यह भी जितेंगे। रविकरण कालो नाल फाइट जी देखते हो तुम, या फिर सिर्फ आम आदमी पार्टी के जो गुरदीप सिंह रंधावा ने उ तो लगते कि कॉम्पीटिटर ने रंधावा वर्सिज रंधावा हो रहा है? पहला भी इन्हों हराया, तीन ही पार्टियां खड़िया सी, BJP भी खड़ी सी, अकाली दल भी खड़ा सी, आम आदमी पार्टी भी खड़ी सी, इन्हों तिना हराया, हूं भी मेरे इलाके के लोग इन्होंने तिना पार्टियां हरा। ये उम्मीदवार जिहड़े आ उन्होंने कांग्रेस ने भी ऐलान दिए अपने, इस तो अलावा श्रोमणी अकाली दल के वलों हुण कदों तक उम्मीदवारों का ऐलान किया जाता वो देखना होएगा, और चब्बेवाल सीट तो भाजपा अपने किहड़े उम्मीदवार नूं ऐलान दी है वो भी देखना होएगा। फिलहाल जो ये सारिया सीटा आप कहीए तो बेहद दिलचस्प जड़ियाँ होणगियां, ते गिदड़बाहा जरूर हॉट सीट बनती हुई नज़र आ रही है।